ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਲਈ ਤੁਹਾਡਾ ਸਵਾਗਤ ਹੈ ਮੈਂ ਹਰਮਨ ਸ਼ੰਕਰ ਪਹਿਲਾ ਪੇਜ ਨੇ ਚੌਣਵੀਆਂ ਖਬਰਾਂ बैडਮਿੰਟਨ ਵਿੱਚ ਭਾਰਤੀ ਮਰਦਾਂ ਦੀ ਟੀਮ ਨੇ ਵਕਾਰੀ ਥਾਮਸ ਕੱਪ ਜਿੱਤ ਕੇ ਸਿਰਜਿਆ ਨਵਾਂ ਇਤਿਹਾਸ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੇ ਟੀਮ ਨੂੰ ਦਿੱਤੀ ਵਧਾਈ ਖੇਡ ਮੰਤਰੀ ਹਰਨਾਕ ਸਿੰਘ ਠਾਕੁਰ ਨੇ 1 ਕਰੋੜ ਰੁਪਏ ਦਾ ਅਵਾਰਡ ਦੇਣ ਦਾ ਕੀਤਾ ਐਲਾਨ ਹਰਜੀਤ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਤਕਨੀਕੀ ਖਰਾਬੀ ਕਾਰਨ ਹੋਇਆ ਬੰਦ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਨਾਲ ਗਰਮੀ ਵਿੱਚ ਕੁਝ ਕਮੀ ਦੀ ਆਸ ਪ੍ਰਗਟਾਈ। ਤੇ ਹੁਣ ਖਬਰਾਂ ਵਿਸਾਰ ਨਾਲ ਤੇ ਅੱਜ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਖੇਡਾਂ ਦੀਆਂ ਖਬਰਾਂ ਨਾਲ ਬੈਡਮਿੰਟਨ ਵਿੱਚ ਭਾਰਤ ਦੀ ਮਰਦਾਂ ਦੀ ਟੀਮ ਨੇ ਵਕਾਰੀ ਥੋਮਸ ਕੱਪ ਜਿੱਤ ਕੇ ਅੱਜ ਇੱਕ ਨਵਾਂ ਇਤਿਹਾਸ ਲਿਖਿਆ ਹੈ ਭਾਰਤ ਨੇ ਥੋਮਸ ਕੱਪ ਦੇ ਫਾਈਨਲ ਵਿੱਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ ਟੋਮਸ ਕੱਪ ਦੇ 73 ਵਰਿਆਂ ਦੇ ਇਤਿਹਾਸ ਵਿੱਚ ਭਾਰਤੀ ਟੀਮ ਨੇ ਪਹਿਲੀ ਵਾਰ ਇਹ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਹੀ ਫਾਈਨਲ ਵਿੱਚ ਖੇਡ ਰਿਹਾ ਸੀ। ਪੰਜ ਮੈਚਾਂ ਦੇ ਇਸ ਮੁਕਾਬਲੇ ਵਿੱਚ ਭਾਰਤ ਨੇ ਦੋ ਸਿੰਗਲ ਅਤੇ ਇੱਕ ਡਬਲਸ ਮੈਚ ਜਿੱਤਿਆ। ਇਸ ਕੱਪ ਵਿੱਚ ਫਾਈਨਲ ਤੱਕ ਭਾਰਤ ਦਾ ਸਫ਼ਰ ਬੇਹਦ ਸ਼ਾਨਦਾਰ ਰਿਹਾ। ਗਰੁੱਪ ਸਟੇਜ ਮੈਚਾਂ ਵਿੱਚ ਭਾਰਤੀ ਟੀਮ ਨੇ ਜਰਮਨੀ ਤੇ ਕੈਨੇਡਾ ਨੂੰ 5-0 ਨਾਲ ਹਰਾਇਆ ਜਦਕਿ ਤਾਈਪੋ ਤੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਵਾਰਟਰ ਫਾਈਨਲ ਵਿੱਚ ਪੰਜ ਵਾਰ ਦੇ ਜੇਤੂ ਮਲੇਸ਼ੀਆ ਨੂੰ ਹਰਾਇਆ ਅਤੇ ਸੈਮੀਫਾਈਨਲ ਵਿੱਚ ਸਭ ਤੋਂ ਵੱਧ 32 ਵਾਰ ਖੇਡਣ ਵਾਲੀ ਡੈਨਮਾਰਕ ਦੀ ਟੀਮ ਤੇ 3-2 ਨਾਲ ਜਿੱਤ ਹਾਸਲ ਕੀਤੀ ਸਿੰਗਲ ਮੁਕਾਬਲਿਆਂ ਵਿੱਚ ਲਖਸ਼ੇ ਸੇਨ ਅਤੇ ਕਤੰਬੀ ਸ਼੍ਰੀਕਾਂਤ ਅਤੇ ਡਬਲਸ ਮੁਕਾਬਲੇ ਵਿੱਚ ਸਾਤਵਿਕ ਸਾਈਰਾਜ ਰੰਕੀ ਰੈਡੀ ਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਜਿੱਤ ਹਾਸਲ ਕੀਤੀ ਇਸ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ ਹੈ ਆਪਣੇ ਟਵੀਟ ਸੁਨੇਹੇ ਵਿੱਚ ਉਹਨਾਂ ਨੇ ਕਿਹਾ ਕਿ ਭਾਰਤੀ ਬੈਡਮਿੰਟਨ ਟੀਮ ਨੇ ਇਤਿਹਾਸ ਰਚਿਆ ਹੈ ਅਤੇ ਥੋਮਸ ਕੱਪ ਜਿੱਤਣ ਤੇ ਸਮੁੱਚਾ ਦੇਸ਼ ਉਤਸ਼ਾਹਤ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੀ ਕੁਸ਼ਲ ਟੀਮ ਨੂੰ ਵਧਾਈ ਅਤੇ ਉਹਨਾਂ ਦੇ ਪੂਵਿੱਖਦੇ ਯਤਨਾਂ ਲਈ ਸ਼ੁਭ ਕਾਮਨਾਵਾਂ ਇਹ ਜਿੱਤ ਕਈ ਉਪਰ ਦੇ ਖਿਡਾਰੀਆਂ ਨੂੰ ਪ੍ਰੇਰਨਾ ਦੇਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਬੈਡਮਿੰਟਨ ਟੀਮ ਦੇ ਮੈਂਬਰਾਂ ਨਾਲ ਫੋਨ ਤੇ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਖੇਡ ਤੇ ਯੁਵਾ ਮਾਮਲੇ ਦੇ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ ਆਪਣੇ ਇੱਕ ਟਵੀਟ ਵਿੱਚ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਮਲੇਸ਼ੀਆ ਡੈਨਮਾਰਕ ਤੇ ਇੰਡੋਨੇਸ਼ੀਆ ਦੀ ਲਗਾਤਾਰ ਜੇਤ ਨਾਲ ਇਹ ਬੇਮਿਸਾਲ ਉਪਲਬਧੀ ਹਾਸਲ ਕਰਨ ਵਾਲੇ ਖਿਡਾਰੀ ਔਨੇ ਹੀ ਬੇਮਿਸਾਲ ਸਨਮਾਨ ਦੇ ਹੱਕਦਾਰ ਨੇ ਨਰਾਕ ਸਿੰਘ ਠਾਕੁਰ ਨੇ ਕਿਹਾ ਕਿ ਜਿਵੇਂ ਕਿ ਟੀਮ ਇੰਡੀਆ ਨੇ 14 ਵਾਰ ਦੇ ਥੋਮਸ ਕੱਪ ਚੈਂਪੀਅਨ ਇండోਨੇਸ਼ੀਆ ਨੂੰ 3-0 ਨਾਲ ਹਰਾ ਕੇ ਆਪਣਾ ਪਹਿਲਾ ਥੋਮਸ ਕੱਪ 2022 ਜਿੱਤਿਆ ਹੈ ਭਾਰਤੀ ਖੇਡ ਦੀ ਇਸ ਅਦੁੱਤੀ ਉਪਲਬਧੀ ਨੂੰ ਮਨਜ਼ੂਰ ਕਰਨ ਲਈ ਨੀਮਾ ਵਿੱਚ ਢਿਲ ਦਿੰਦਿਆਂ ਟੀਮ ਨੂੰ 1 ਕਰੋੜ ਦਾ ਨਕਦ ਅਵਾਰਡ ਦੇਣ ਦਾ ਐਲਾਨ ਕਰਦੇ ਆ ਮਾਨ ਮਹਿਸੂਸ ਕਰ ਰਿਹਾ ਹਾਂ ਭਾਰਤੀ ਮਰਦ ਬੈਡਮਿੰਟਨ ਟੀਮ ਨੂੰ ਥੋਮਸ ਕੱਪ ਜਿੱਤਣ ਤੇ ਵਧਾਈ ਦੂਜੇ ਪਾਸੇ ਬ੍ਰਾਜ਼ੀਲ ਵਿੱਚ ਹੋਈਆਂ ਡੈਫ 올림픽ਸ ਖੇਡਾਂ ਵਿੱਚ ਬੈਡਮਿੰਟਨ ਦੇ ਟੀਮ ਮੁਕਾਬਲੇ ਵਿੱਚ ਭਾਰਤ ਨੇ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਇਹਨਾਂ ਕੁਮਾਂਤਰੀ ਖੇਡਾਂ ਵਿੱਚ ਬੈਡਮਿੰਟਨ ਦੇ ਮੁਕਾਬਲੇ ਲਈ ਭਾਰਤ ਨੇ ਕੁੜੀਆਂ ਦੀ ਚਾਰ ਮੈਂਬਰੀ ਟੀਮ ਭੇਜੀ ਸੀ ਜਿਨ੍ਹਾਂ ਵਿੱਚ ਬਠਿੰਡਾ ਦੀ ਸ਼੍ਰੀਆ ਸਿੰਘਲਾ ਵੀ ਸ਼ਾਮਲ ਰਹੀ। ਸੋਨ ਤਮਗਾ ਜਿੱਤਣ ਮਗਰੋਂ ਬਠਿੰਡਾ ਪੁੱਜੀ ਸ਼੍ਰੀਆ ਨੇ ਕਿਹਾ ਕਿ ਦੁਨੀਆ ਦੀਆਂ ਸਭ ਤੋਂ ਵੱਡੀਆਂ ਖੇਡਾਂ ਵਿੱਚ 골ਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਬਣ ਕੇ ਉਹ ਖੁਸ਼ ਨੇ। ਟੈਫਲੰਪਿਕ ਬ੍ਰਾਜ਼ੀਲ ਗਈ ਸੀ 1 ਮਈ ਤੋਂ ਲੈ ਕੇ 15 ਮਈ ਤੱਕ ਜੀ ਟੀਮ ਇਵੈਂਟਸ ਸਰ ਦੇ ਇੰਡੀਆ ਟੀਮ ਪਹਿਲੀ ਵਾਰ ਫਾਈਨਲ ਪੁਆਇੰਟ ਕੇ ਪਹਿਲੀ ਵਾਰ 골ਡ ਮੈਡਲ ਹਾਸਲ ਕੀਤਾ ਤੇ ਬਹੁਤ ਖੁਸ਼ੀ ਹੈ ਕਿ ਇੰਡੀਆ ਨੇ ਟੀਮ ਪੂਰੀ ਮਿਹਨਤ ਨਾਲ ਆਪਣੇ 골ਡ ਮੈਡਲ ਪ੍ਰਾਪਤ ਕੀਤਾ ਤੇ ਅੱਗੇ ਹੋਰ ਮਿਹਨਤ ਕਰਨੀ ਸ਼੍ਰੀਆ ਮੁਤਾਬਕ ਭਾਵੇਂ ਉਹ ਨਿਜੀ ਤੌਰ ਤੇ ਮੈਡਲ ਹਾਸਲ ਨਹੀਂ ਕਰ ਸਕੀ ਪਰ ਭਵਿੱਖ ਵਿੱਚ ਹੋਰ ਤਿਆਰੀ ਕਰਕੇ ਖੇਡਣ ਜਾਵੇਗੀ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ। ਭਾਰਤ ਤੋਂ ਗਈਆਂ ਟੀਮਾਂ ਲਈ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਕੀਤੇ ਪ੍ਰਬੰਧਾਂ ਤੇ ਸ਼੍ਰੀਆ ਨੇ ਖੁਸ਼ੀ ਪ੍ਰਗਟਾਈ। ਸ਼੍ਰੀਆ ਦੀ ਕਾਮਯਾਬੀ ਤੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਸ਼੍ਰੀਆ ਦੇ ਪਿਤਾ ਦਵਿੰਦਰ ਸਿੰਘਲਾ ਮੁਤਾਬਕ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਬੇਟੀ ਕੋ ਮਾਂਤਰੀ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਆਈ ਏ। ਹਰਜੀਵ ਕੁਮਾਰ ਨੇ ਅੱਜ ਭਾਰਤ ਦੇ 25ਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਆਪਣਾ ਅਹੁਦਾ ਸੰਭਾਲਨ ਮਗਰੋਂ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸੰਵਿਧਾਨ ਮੁਤਾਬਕ ਕਿਸੇ ਵੀ ਵੱਡੇ ਸੁਧਾਰ ਲਈ ਚਰਚਾ ਅਤੇ ਜਨਮਤ ਤਿਆਰ ਕਰਨ ਦੇ ਲੋਕਤੰਤਰੀ ਅਤੇ ਸਮੇਧੀ ਕਸੋਟੀ ਤੇ ਖਰੇ ਉਤਰੇ ਤਰੀਕਿਆਂ ਦਾ ਪਾਲਣ ਕਰੇਗਾ। ਹਰਜੀਵ ਕੁਮਾਰ ਨੇ ਕਿਹਾ ਕਿ ਬਿਹਤਰ ਚੋਣ ਪ੍ਰਬੰਧਾਂ ਵਿੱਚ ਪਾਰਦਰਸ਼ਤਾ ਅਤੇ VOTING ਸੇਵਾਵਾਂ ਵਿੱਚ ਆਸਾਨੀ ਲਿਆਉਣ ਦੇ ਮੰਤਵ ਨਾਲ ਪ੍ਰਕਿਰਿਆ ਨੂੰ ਸਰਲ ਬਣਾਉਣ ਵਾਸਤੇ ਟੈਕਨੋਲੋਜੀ ਦੀ ਵਰਤੋਂ ਪ੍ਰਮੁੱਖਤਾ ਨਾਲ ਕੀਤੀ ਜਾਵੇਗੀ। ਅਰਜੀਵ ਕੁਮਾਰ ਨੂੰ ਸਤੰਬਰ 2020 ਵਿੱਚ ਚੋਣ ਕਮਿਸ਼ਨ ਵਿੱਚ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ 1984 ਬੈਚ ਦੇ ਆਈਏਐਸ ਅਧਿਕਾਰੀ ਰਜੀਵ ਕੁਮਾਰ ਫਰਵਰੀ 2020 ਵਿੱਚ ਰਿਟਾਇਰ ਹੋਏ ਸਨ ਆਜ਼ਾਦੀ ਦਾ ਅੰਮ੍ਰਿਤ ਮਹੋਸਤਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵਕ ਵਕ ਮੰਨੇ ਪਰ ਮੰਨਿਆ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਘੜੀ ਵਿੱਚ ਅਸੀਂ ਤੁਹਾਨੂੰ ਦੇਸ਼ ਦੀ ਆਜ਼ਾਦੀ ਦੇ ਪਹਿਲੇ ਘੋਲ ਦੌਰਾਨ ਮਿਰਜ਼ਾ ਮੁਗਲ ਹਰਪਾਲ ਸਿੰਘ ਅਤੇ ਸੁਖਦੇਵ ਥਾਪਰ ਬਾਰੇ ਜਾਣਕਾਰੀ ਦੇ ਰਹੇ ਹਾਂ ਪ੍ਰੀਮ ਕਮਾਂਡ ਮਿਰਜ਼ਾ ਮੁਗਲ ਨੂੰ सौंपी ਗਈ ਮਿਰਜ਼ਾ ਮੁਗਲ ਬਹਾਦਰ ਸ਼ਾ ਜ਼ਫਰ ਦੇ ਪੁੱਤਰ ਸਨ ਉਹਨਾਂ ਨੇ 1857 ਦੇ ਪਹਿਲੇ ਸੁਤੰਤਰਤਾ ਸੰਗਰਾਮ ਵਿੱਚ ਮੋਰੀ ਭੂਮਿਕਾ ਨਿਭਾਈ 15 ਮਈ 1857 ਨੂੰ ਲਾਲ ਕਿਲੇ ਵਿੱਚ ਦਰਬਾਰ ਲੱਗਿਆ ਅਤੇ ਬਹਾਦਰ ਸ਼ਾ ਜ਼ਫਰ ਨੇ ਫੌਜ ਦੇ ਨਵੇਂ ਅਧਿਕਾਰੀ ਨਿਯੁਕਤ ਕੀਤੇ ਇਸ ਫੌਜ ਦੀ ਸੁਪਰੀਮ ਕਮਾਂਡ ਮਿਰਜ਼ਾ ਮੁਗਲ ਨੂੰ ਦਿੱਤੀ ਗਈ ਉਹਨਾਂ ਨੂੰ ਕਮਾਂਡਰ ਇਨ ਚੀਫ ਬਹਾਦਰ ਦਾ ਖਿਤਾਬ ਦਿੱਤਾ ਗਿਆ ਮਿਰਜ਼ਾ ਨੂੰ ਸਾਹਿਬ-ਏ-ਆਲਮ ਦੀ ਉਪਾਦੀ ਵੀ ਪ੍ਰਦਾਨ ਕੀਤੀ ਗਈ ਕਮਾਂਡਰ ਇਨ ਚੀਫ ਦੇ ਤੌਰ ਤੇ ਮਿਰਜ਼ਾ ਮੁਗਲ ਨੇ ਨਾਗਰਿਕ ਅਤੇ ਫੌਜੀ ਵਿਭਾਗਾਂ ਦਰਮਿਆਨ ਸੰਪਰਕ ਅਧਿਕਾਰੀ ਦੇ ਰੂਪ ਵਿੱਚ ਕੰਮ ਕੀਤਾ ਉਹਨਾਂ ਨੇ ਇੱਕ ਪਾਸੇ ਤਾਂ ਯੋਧਿਆਂ ਨਾਲ ਸੰਪਰਕ ਕਾਇਮ ਕੀਤਾ ਅਤੇ ਦੂਜੇ ਪਾਸੇ ਵਪਾਰੀਆਂ ਤੇ ਸਥਾਨਕ ਪ੍ਰਮੁੱਖਾਂ ਨਾਲ ਸੰਪਰਕ ਬਣਾਈ ਰੱਖਿਆ ਮਿਰਜ਼ਾ ਮੁਗਲ ਨੇ ਫੌਜੀ ਪ੍ਰਸ਼ਾਸਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਦਿੱਲੀ ਤੇ ਮੁੜ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ਼ਾਂ ਨੇ 22 ਸਤੰਬਰ 1857 ਨੂੰ ਮਿਰਜ਼ਾ ਮੁਗਲ ਨੂੰ ਬੰਦੀ ਬਣਾ ਲਿਆ। ਅੰਗਰੇਜ਼ ਉਹਨਾਂ ਨੂੰ ਖੋਨੀ ਦਰਵਾਜ਼ੇ ਦੇ ਨੇੜੇ ਲੈ ਗਏ ਅਤੇ ਉਹਨਾਂ ਨੂੰ ਕੱਪੜੇ ਉਤਾਰਨ ਲਈ ਕਿਹਾ। ਉਹਨਾਂ ਨੂੰ ਗੋਲੀ ਮਾਰੀ ਗਈ ਅਤੇ ਉਹਨਾਂ ਦੀ ਦੇਹ ਕੋਤਵਾਲੀ ਲਝਾਈ ਗਈ। ਦਫਨਾਉਣ ਤੋਂ ਪਹਿਲਾਂ ਮਿਰਜ਼ਾ ਮੁਗਲ ਦੀ ਦੇ ਨੂੰ ਕੋਤਵਾਲੀ ਇਮਾਰਤ ਦੇ ਬਾਹਰ ਰੱਖਿਆ ਗਿਆ ਅੱਜ ਅਸੀਂ ਅਮਰ ਬਲਿਦਾਨੀ ਹਰਪਾਲ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ ਵਿੱਚ ਸਨ ਲੇਕਿਨ 1857 ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਵੇਲੇ ਉਹਨਾਂ ਨੇ ਨੌਕਰੀ ਛੱਡ ਦਿੱਤੀ ਉਹਨਾਂ ਨੇ ਵਿਦਰੋਹੀ ਫੌਜੀਆਂ ਨਾਲ ਹੱਥ ਮਿਲਾ ਲਿਆ ਅਤੇ ਵਿਦੇਸ਼ੀ ਸ਼ਾਸਨ ਨੂੰ ਪੁੱਟ ਸੁੱਟਣ ਦੀ ਪ੍ਰਤੀਗਿਆ ਕੀਤੀ। ਉਹ ਕਈ ਸਥਾਨਾਂ ਤੇ ਅੰਗਰੇਜ਼ਾਂ ਨਾਲ ਲੜੇ, ਲੇਕਿਨ ਆਖਰਕਾਰ ਅੰਗਰੇਜ਼ਾਂ ਨੇ ਉਹਨਾਂ ਨੂੰ ਫੜ ਲਿਆ। ਉਹਨਾਂ ਤੇ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਦੋਸ਼ ਲਾਇਆ ਗਿਆ ਅਤੇ 7 ਸਾਲਾਂ ਲਈ ਕਾਲੇ ਪਾਣੀ ਦੀ ਸਖਤ ਕੈਦ ਦਿੱਤੀ ਗਈ। ਜੇਲ੍ਹ ਵਿੱਚ ਸਰੀਰਕ ਤਸ਼ੱਦਦ ਦੇ ਕਾਰਨ 15 ਮਈ 1857 ਨੂੰ ਬਲੀਦਾਨੀ ਹਰਪਾਲ ਸਿੰਘ ਦਾ ਦਿਹਾਂਤ ਹੋ ਗਿਆ। ਅੱਜ ਅਸੀਂ ਅਮਰ ਬਲੀਦਾਨੀ ਸੁਖਦੇਵ ਥਾਪਰ ਨੂੰ ਵੀ ਯਾਦ ਕਰ ਰਹੇ ਹਾਂ। ਉਹਨਾਂ ਦਾ ਜਨਮ 15 ਮਈ 1907 ਨੂੰ ਲੁਧਿਆਣਾ ਵਿੱਚ ਹੋਇਆ ਸੀ। ਸੁਖਦੇਵ ਥਾਪਰ ਨੇ ਉਹਨਾਂ ਅਤਿਆਚਾਰਾਂ ਨੂੰ ਨੇੜਿਓਂ ਦੇਖਿਆ ਸੀ ਜੋ ਬ੍ਰਿਟਾਨਵੀ ਸਾਮਰਾਜ ਦੌਰਾਨ ਭਾਰਤ ਦੇ ਲੋਕਾਂ ਤੇ ਕੀਤੇ ਗਏ ਇਸ ਤੋਂ ਦੁਖੀ ਹੋ ਕੇ ਸੁਖਦੇਵ ਕ੍ਰਾਂਤੀਕਾਰੀ ਆਜ਼ਾਦੀ ਸੈਨਾਨੀਆਂ ਵਿੱਚ ਸ਼ਾਮਲ ਹੋ ਗਏ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਦੇ ਤੌਰ ਤੇ ਸੁਖਦੇਵ ਥਾਪਰ ਨੇ ਪੰਜਾਬ ਅਤੇ ਉੱਤਰ ਭਾਰਤ ਦੇ ਹੋਰਨਾਂ ਖੇਤਰਾਂ ਵਿੱਚ ਕ੍ਰਾਂਤੀਕਾਰੀਆਂ ਨੂੰ ਸੰਗਠਿਤ ਕੀਤਾ ਸੁਖਦੇਵ <th>ਪਰ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਲਾਹੌਰ ਦੇ ਨੈਸ਼ਨਲ ਕਾਲਜ ਵੀ ਗਏ ਅਤੇ ਨੌਜਵਾਨਾਂ ਨੂੰ ਭਾਰਤ ਦੇ ਮਾਣ ਮੱਤੇ ਅਤੀਤ ਬਾਰੇ ਪ੍ਰੇਰਿਤ ਕੀਤਾ। ਹੋਰਨਾ ਪ੍ਰਸਿੱਧ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਸੁਖਦੇਵ ਨੇ ਲਾਹੌਰ ਵਿੱਚ ਨੌਜਵਾਨ ਭਾਰਤ ਸਭਾ ਦੀ ਸ਼ੁਰੂਆਤ ਕੀਤੀ। ਸੁਖਦੇਵ <th>ਥਾਪਰ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਖਾਸ ਤੌਰ ਤੇ ਯਾਦ ਕੀਤਾ ਜਾਂਦਾ ਹੈ। ਪਗਤ ਸਿੰਘ ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਭਾਰਤੀ ਸੁਤੰਤਰਤਾ ਸੰਗਰਸ਼ ਦੀਆਂ ਸਭ ਤੋਂ ਵੱਧ ਪ੍ਰੇਰਕ ਹਸਤੀਆਂ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ 23 ਮਾਰਚ 1931 ਨੂੰ ਫਾਂਸੀ ਦਿੱਤੀ ਗਈ ਸੁਖਦੇਵ ਨੇ ਆਪਣੇ ਦੇਸ਼ ਦੇ ਲਈ ਜਦੋਂ ਸਰਵਉੱਚ ਬਲੀਦਾਨ ਦਿੱਤਾ ਤਾਂ ਉਹਨਾਂ ਦੀ ਉਮਰ ਕੇਵਲ 24 ਵਰਿਆਂ ਦੀ ਸੀ ਇਸ ਅਮਰ ਬਲੀਦਾਨੀ ਨੂੰ ਭਾਵ ਪਿੰਨੀ ਸ਼ਰਧਾਂਜਲੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਪਿੰਡੂ ਇਲਾਕਿਆਂ ਵਿੱਚ ਸਮਾਜ ਦੇ ਗਰੀਬ ਤਬਕੇ ਦੇ ਲੋਕਾਂ ਨੂੰ ਆਪਣੇ ਮਕਾਨ ਦੀ ਸਹੂਲਤ ਦੇਣ ਵਿੱਚ ਬੇਹਦ ਮਦਦਗਾਰ ਬਣੀ ਹੈ ਦੇਸ਼ ਦੇ ਹੋਰਾਂ ਹਿੱਸਿਆਂ ਵਾਂਗ ਪੰਜਾਬ ਵਿੱਚ ਵੀ ਲੋਕ ਇਸ ਸਕੀਮ ਤੋਂ ਲਾਭ ਲੈ ਕੇ ਪੱਕੇ ਮਕਾਨ ਬਣਾਉਣ ਜਾਂ ਆਪਣੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਦਾ ਸੁਪਨਾ ਪੂਰਾ ਕਰ ਰਹੇ ਨੇ ਲੁਧਿਆਣਾ ਦੇ ਪਿੰਡ ਬੱਗਾ ਕਲਾਂ ਵਿੱਚ ਲੋਕਾਂ ਨੇ ਇਸ ਸਕੀਮ ਤੋਂ ਲਾਭ ਲਿਆ ਏ ਇੱਕ ਰਿਪੋਰਟ ਮੰਤਰੀ ਆਵਾਸੀ ਯੋਜਨਾ ਗ੍ਰਾਮੀਣ ਦੇ ਸ਼ੁਰੂ ਹੋਣ ਤੋਂ ਬਾਅਦ ਲੁਧਿਆਣਾ ਜ਼ਿਲ੍ਹੇ ਵਿੱਚ ਕੁੱਲ 531 ਪੱਕੇ ਘਰ ਪਿੰਡੂ ਖੇਤਰਾਂ ਵਿੱਚ ਬਣਾਏ ਜਾ ਚੁੱਕੇ ਨੇ ਅਤੇ 206 ਹੋਰ ਘਰਾਂ ਨੂੰ ਪੱਕਾ ਕਰਨ ਲਈ ਮਨਜ਼ੂਰੀ ਮਿਲ ਗਈ ਹੈ। ਇਹਨਾਂ ਵਿੱਚੋਂ 100 ਤੋਂ ਵੱਧ ਘਰਾਂ ਨੂੰ ਪੱਕਾ ਕਰਨ ਲਈ 30000 ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ ਜਾ ਚੁੱਕੀ ਹੈ। ਕੁੱਲ 120000 ਰੁਪਏ ਦੀ ਮਦਦ ਦਿੱਤੀ ਜਾਂਦੀ ਹੈ। ਲੁਧਿਆਣਾ ਦੇ ਪਿੰਡ ਬੱਗਾ ਕਲਾਂ ਵਿੱਚ ਕੋਈ 15 ਲਾਪਤਰੀਆਂ ਦੇ ਮਕਾਨ ਪੱਕੇ ਬਣੇ ਨੇ। ਯੋਜਨਾ ਤੋਂ ਲਾਭ ਲੈਣ ਵਾਲੇ ਇਹ ਲਾਪਾਤਰੀ ਬੇਹਦ ਖੁਸ਼ ਨੇ ਕਿਉਂਕਿ ਜੋ ਝੁੱਗੀ ਝੌਂਪੜੀ ਦੀ ਥਾਂ ਉਹਨਾਂ ਨੂੰ ਚੰਗੇ ਮਕਾਨ ਮਿਲ ਗਏ ਨੇ ਅਤੇ ਉਹ ਛੇਤੀ ਹੀ ਇਹਨਾਂ ਵਿੱਚ ਸ਼ਿਫਟ ਹੋ ਜਾਣਗੇ ਜੀ ਤਾਂ ਹੈਗਾ ਹੁਣ ਤਾਂ ਬਹੁਤ ਮੁਸ਼ਕਿਲ ਸੇ ਮਿਲਿਆ ਹੈਗਾ ਤਾਂ ਹੁਣ ਤਾਂ ਖੁਸ਼ੀ ਹੈਗਾ ਹੁਣ ਥੋੜੇ ਦਿਨ ਕੇ ਬਾਅਦ ਫਿਰ ਆ ਜੂਗਾ 50 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਝੁੱਗੀਆਂ ਚ ਰਹਿੰਦੇ ਸੀ ਉਸ ਤੋਂ ਬਾਅਦ ਦੋ ਤਿੰਨ ਵਾਰ ਅੱਗ ਲੱਗਦੀ ਸੀ ਪਿੰਡ ਦਾ ਪੰਚਾਇਤ ਦੇ ਵੱਲੋਂ ਸਾਨੂੰ ਪੰਜ ਮਰਲੇ ਜ਼ਮੀਨ ਮਿਲੀ ਆ ਉਹਦੇ ਜ ਬਹੁਤ ਖੁਸ਼ੀ ਸੇ ਰਹਿ ਰਹੇ ਆ ਥੇ ਬਹੁਤ ਬੱਚੇ ਸਾਰੇ ਖੁਸ਼ ਹਾਏ ਪੈਸਾ ਝੁੱਗੀ ਝੋਪੜੇ अच्छा कितनी तकलीफ था बहुत था आप सरकार बना के दिया मदद किया तो अच्छा जिंदगी बनेगी होगा अच्छा होगा ये किराया भी बचेगा बच्चे अच्छा रहेंगे परस्थ होगा परालेखा बच्चा होगा है झुग्गी में थोड़ा मालूम कैसा रहते बच्चे हम्म हम्म असली झुग्गियां चौंपड़ियां ते रहते सी के कई बारी आग लग गया ते कई बारी डूब गए जी जिथे रहनेया सी काफी नीमा जगह हैगा जी ते सरकार वालों ने सानो 3-4 साल पहले जी आ मिलया हैगा कोठियां जी ते सानो बहुत खुशी है की मिली आई ਤੇ ਹੁਣ ਪਾਣੀ ਤੇ ਬਿਜਲੀਆਂ ਕਰਕੇ ਰੁਕੇ ਜੀ ਜੇ ਪਾਣੀ ਤੇ ਬਿਜਲੀ ਆ ਗਿਆ ਤੇ ਫਿਰ ਅਸੀਂ ਇੱਥੇ ਅਰੈਸਟ ਕਰਾਂਗੇ ਬਹੁਤ ਮੁਸ਼ਕਿਲ ਮੇ ਥੇ ਇਹ ਕبھی ਪਾਣੀ ਆ ਜਾਂਦੇ ਥੇ ਡੂੰਗਾ ਜਸਤਾ ਜ਼ਮੀਨ ਉਹਾ ਤੇ ਕੁਲੀਏ ਮੇ ਕਈ ਪਾਣੀ ਹਥੇ ਡੁੱਬ ਜਾਂਦੇ ਥੇ ਇਹ ਉਹਾ ਤੇ ਇਰਪਿੰਡ ਵਾਲੇ ਨੇ ਹਮਾਰੇ ਬਹੁਤ ਮਦਦ ਕੀਤੀ ਪਿੰਡ ਦੇ ਸਰਪੰਚ ਜਗਤਾਰ ਸਿੰਘ ਮੁਤਾਬਕ ਇਹ ਸਾਰੇ ਪਿਛਲੇ ਕਰੀਬ 50 ਵਰਿਆਂ ਤੋਂ ਝੁੱਗੀ ਝੌਂਪੜੀ ਵਿੱਚ ਤਰਸਯੋਗ ਹਾਲਤ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਨੇ ਇਹਨਾਂ ਦੀਆਂ ਤਕਲੀਫਾਂ ਦੂਰ ਕਰ ਦਿੱਤੀਆਂ ਨੇ ਇਹ ਕਾਫੀ ਸਾਲ ਤੋਂ ਇੱਥੇ ਬੰਦੇ ਰਹਿੰਦੇ ਸੀਗੇ ਇਹਨਾਂ ਕੋਲ ਜਗ੍ਹਾ ਹੈ ਨਹੀਂ ਸੀ ਝੁੱਗੀ ਝੌਂਪੜੀ ਚ ਰਹਿੰਦੇ ਸੀਗੇ ਕਈ ਵਾਰੀ ਇਹਨਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਫਿਰ ਅਸੀਂ ਸੋਚਿਆ ਵੀ ਇਹਨਾਂ ਨੂੰ ਕੋਈ ਪਲਾਟ ਦਿੱਤੇ ਜਾਣ ਅਸੀਂ ਮਤਾ ਪਾਸ ਕੇ ਪੰਚਾਇਤ ਵੱਲੋਂ ਫਿਰ ਇਹਨਾਂ ਨੂੰ 5-5 ਮਰਲੇ ਜਗ੍ਹਾ ਦਿੱਤੀ ਉਸ ਤੋਂ ਬਾਅਦ ਫਿਰ ਇਹਨਾਂ ਦੇ ਮਨਜ਼ੂਰ ਹੋ ਗਏ ਜੀ ਪੈਸੇ ਤੇ ਮਕਾਨ ਬਣ ਗਿਆ ਵਧੀਆ ਹੋ ਗਿਆ ਜੀ ਹੁਣ ਯਕੀਨਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਸਮਾਜ ਦੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਆਪਣੇ ਮਕਾਨਾਂ ਦੀ ਹਾਲਤ ਸੁਧਾਰਨ ਜਾਂ ਉਹਨਾਂ ਨੂੰ ਨਵੇਂ ਮਕਾਨ ਬਣਨ ਵਿੱਚ ਬੇਹਦ ਮਦਦਗਾਰ ਬਣ ਰਹੀ ਏ ਲੁਧਿਆਣਾ ਤੋਂ ਮੀਨੂ ਗਲਹੋਤਰਾ ਨਾਲ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮachar ਜਲੰਧਰ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਐਸ ਕ੍ਰਿਸ਼ਨਰ ਨੇ ਆਮ ਲੋਕਾਂ ਤੋਂ ਸਨਿਦਕਾਰਾਂ ਨੂੰ ਕੇਂਦਰ ਦੀਆਂ ਵੱਖ-ਵੱਖ ਭਲਾਈ ਲੋਕਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਉਹ ਲੁਧਿਆਣਾ ਸਥਿਤ ਬੈਂਕ ਦੇ ਜਨਰਲ ਦਫਤਰ ਵਿਖੇ ਕੱਲ੍ਹ ਸ਼ਾਮ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਕੇਂਦਰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਪਸ਼ੂ ਅਤੇ ਮੱਛੀ ਪਾਲਣ ਜਿਹੇ ਸਹਾਇਕ ਧੰਦਿਆਂ ਤੋਂ ਇਲਾਵਾ ਰੇੜੀ ਫੜੀ ਵਾਲਿਆਂ ਲਈ ਸ਼ੁਰੂ ਕੀਤੀ ਗਈ ਸਮ੍ਰiddhi ਯੋਜਨਾ ਬਾਰੇ ਵੀ ਵਿਸਤਾਰ ਨਾਲ ਦੱਸਿਆ। ਐਸ ਕ੍ਰਿਸ਼ਨ ਨੇ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਜਨਤਕ ਕਿਹਾ ਕਿ ਆਮ ਨਾਗਰਿਕਾਂ ਤੋਂ ਲੈ ਕੇ ਸਨਤਕਾਰਾਂ ਨੂੰ ਕੇਂਦਰ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਲਾਭ ਲੈਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਬੈਂਕ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਇੱਕ ਵਿਸ਼ੇਸ਼ ਪੋਰਟਲ ਵੀ ਲਾਂਚ ਕੀਤਾ ਜਾ ਰਿਹਾ ਹੈ ਬਠਿੰਡਾ ਜ਼ਿਲ੍ਹੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲਹਿਰਾ ਮੁਹਬੱਤ ਦਾ ਇੱਕ ਹੋਰ ਯੂਨਿਟ ਬੰਦ ਹੋ ਗਿਆ ਹੈ ਇਸ ਪਲਾਂਟ ਦੇ ਦੋ ਯੂਨਿਟ ਈਐਸਪੀ ਡਿਗਨ ਕਰਕੇ ਬੀਤੇ ਕੱਲ੍ਹ ਹੀ ਬੰਦ ਹੋਏ ਸਨ ਅਤੇ ਅੱਜ ਤਿੰਨ ਨੰਬਰ ਯੂਨਿਟ ਵੀ ਬੰਦ ਹੋ ਗਿਆ ਏ 920 ਮੈਗਾਵਾਟ ਉਤਪਾਦਨ ਸਮਰੱਥਾ ਵਾਲੇ ਇਸ ਥਰਮਲ ਪਲਾਨਟ ਦੇ ਚਾਰ ਯੂਨਿਟਾਂ ਵਿੱਚੋਂ ਹੁਣ 250 ਮੈਗਾਵਾਟ ਦਾ ਸਿਰਫ ਇੱਕ ਯੂਨਿਟ ਚੱਲ ਰਿਹਾ ਏ ਤਿੰਨ ਨੰਬਰ ਯੂਨਿਟ ਦੇ ਬੰਦ ਹੋਣ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਏ ਬਠਿੰਡਾ ਤੋਂ ਸਾਡੇ ਪੱਤਰਕਾਰ ਅਮਰਿਤਪਾਲ ਸਿੰਘ ਅਨੁਸਾਰ ਕੋਲੇ ਦੀ ਘਾਟ ਕਾਰਨ ਪੰਜਾਬ ਪਹਿਲਾਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਏ ਤੇ ਇਸ ਪਲਾਨਟ ਦੇ ਤੀਜੇ ਯੂਨਿਟ ਦੇ ਬੰਦ ਹੋਣ ਨਾਲ ਬਿਜਲੀ ਸੰਕਟ ਹੋਰ ਵੱਧ ਸਕਦਾ ਏ ਪਠਾਨਕੋਟ ਜ਼ਿਲ੍ਹੇ ਵਿੱਚ ਭਾਰਤ-ਪਾਕ ਕਮਾਂਤਰੀ ਸਰਹੱਦ ਤੇ ਭਾਰਤ ਵਾਲੇ ਪਾਸੇ ਬਮਿਆਲ ਖੇਤਰ ਵਿੱਚ ਅੱਜ ਸਵੇਰੇ ਇੱਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਬੀਐਸਐਫ ਦੇ ਜਵਾਨਾਂ ਨੇ ਪਹਾੜੀਪੁਰ ਪੋਸਟ ਨੇੜੇ ਡਰੋਨ ਦੀਆਂ ਸ਼ੱਕੀ ਗਤੀਵਿਧੀਆਂ ਦੇਖੀਆਂ ਇਸ ਤੇ ਕਾਰਵਾਈ ਕਰਦਿਆਂ ਜਵਾਨਾਂ ਨੇ ਡਰੋਨ ਤੇ ਫਾਇਰਿੰਗ ਕੀਤੀ ਜਿਸ ਉਪਰੰਤ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਪਰਤ ਗਿਆ ਇਸ ਘਟਨਾ ਤੋਂ ਬਾਅਦ ਬੀਐਸਐਫ ਅਤੇ ਪੁਲਸ ਦੀਆਂ ਟੀਮਾਂ ਵੱਲੋਂ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਕੋਮਤਰੀ ਸਰਹੱਦ ਤੇ ਗੁਰਦਾਸਪੁਰ ਸੈਕਟਰ ਅਧੀਨ ਆਉਂਦੀ ਮੇਤਲਾਸ ਰਸਦੀ ਚੌਕੀ ਨੇੜੇੋਂ ਬੀਐਸਐਫ ਜਵਾਨਾਂ ਨੇ ਇੱਕ ਪਾਕਿਸਤਾਨੀ ਕਬੂਤਰ ਫੜਿਆ ਹੈ ਬੀਐਸਐਫ ਦੇ ਅਧਿਕਾਰੀਆਂ ਮੁਤਾਬਕ ਕਬੂਤਰ ਦੇ ਪੈਰ ਵਿੱਚ ਝਾਂਜਰ ਪੈਣੀ ਹੋਈ ਸੀ ਜਿਸ ਤੇ ਇੱਕ ਨੰਬਰ ਵੀ ਉਕਰਿਆ ਹੋਇਆ ਸੀ ਪੰਜਾਬ ਅਤੇ ਉੱਤਰ ਭਾਰਤ ਦੇ ਕਈ ਸੂਬਿਆਂ ਵਿੱਚ ਆਤ ਦੀ ਗਰਮੀ ਦਾ ਪ੍ਰਕੋਪ جاری ਹੈ। ਮੌਸਮ ਵਿਭਾਗ ਦੇ ਮੁਤਾਬਕ ਆਉਂਦੇ 2 ਦਿਨਾਂ ਵਿੱਚ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਮੌਸਮ ਰਿਪੋਰਟ ਮੁਤਾਬਕ ਪਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ ਤੇ ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਹਲਕੀ ਕਿਣ-ਮਿੰਨ ਦੇ ਨਾਲ ਤੇਜ਼ ਹਵਾਵਾਂ ਵਗ ਸਕਦੀਆਂ ਨੇ। ਸੂਬੇ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ ਮੁਕਸਰ ਵਿਖੇ 47.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦ ਕਿ ਜ਼ਿਆਦਾਤਰ ਥਾਵਾਂ ਤੇ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉੱਪਰ ਹੀ ਦਰਜਿਕ ਰਿਹਾ ਜਲੰਧਰ ਵਿੱਚ ਤਾਪਮਾਨ 46.2 ਡਿਗਰੀ ਸੈਲਸੀਅਸ ਰਿਹਾ ਤੇ ਇਸ ਦਿਨ ਵਾਲੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਿਹਾ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ ਇਜਾਜ਼ਤ ਦਿਓ ਨਮਸਕਾਰ